ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇਬੰਦੀ ਹੋਈ ਤਾਂ ਇੱਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਿਕਲੀ। ਹਾਲਾਂਕਿ ਉਹ ਪੂਰੇ ਸਰਗਰਮ ਨੇ, ਵੱਖ ਵੱਖ ਥਾਵਾਂ ਦੇ ਉੱਤੇ ਮੀਟਿੰਗਾਂ ਵੀ ਕਰਦੇ ਨੇ, ਪ੍ਰੈਸ ਕਾਨਫਰੰਸ ਵੀ ਕਰਦੇ ਨੇ, ਪਰ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਕਾਫੀ ਘੱਟ ਗਈਆਂ। ਵਿਕਰਮ ਮਜੀਠੀਆ ਵੀ ਕਦੇ ਕਦੇ ਬੋਲ ਪੈਂਦੇ ਆ ਅਤੇ ਹਰਸ਼ਦੀਪ ਸਿੰਘ ਕਲੇਰ ਬੋਲ ਪੈਂਦੇ ਆ, ਪਰ ਆਮ ਤੌਰ 'ਤੇ ਵੱਡੇ ਲੀਡਰ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ, ਈਵਨ ਕਿ ਬਲਵਿੰਦਰ ਸਿੰਘ ਭੁੰਦਰ ਕਾਰਜਕਾਰੀ ਪ੍ਰਧਾਨ ਹੈਗੇ ਆ, ਉਹ ਵਿੱਚ ਚੁੱਪ ਹੈ। ਸਰਗਰਮੀਆਂ ਨਾ ਮਾਤਰ ਨੇ, ਜਦਕਿ ਪੰਚਾਇਤੀ ਚੋਣਾਂ ਹੋ ਰਹੀਆਂ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ 'ਤੇ ਆਪਣੇ ਵਰਕਰਾਂ ਦੇ ਵਿੱਚ ਫੂਕ ਭਰਨ ਵਾਸਤੇ, ਜਾਨ ਭਰਨ ਵਾਸਤੇ ਬਾਹਰ ਆਉਣਾ ਚਾਹੀਦਾ। ਸ਼ਾਂਤੀ ਹੈ ਕਿ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਮੰਨ ਲਈਏ ਆਪਾਂ, ਕੋਈ ਤੂਫਾਨ ਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਇੱਦਾਂ ਨਹੀਂ ਮੰਨ ਲਈਏ ਗੱਲ। ਕਿਉਂ ਚੁੱਪ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ, ਕਿਉਂ ਆਪਣੀ ਚੁੱਪੀ ਦੇ ਵਿੱਚ ਸਾਰੇ ਪੰਜਾਬ ਨੂੰ ਸ਼ਾਂਤ ਕਰੀ ਬੈਠੇ ਆ ਉਹ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇਤਿਹਾਸ ਰਿਹਾ, ਇਹ ਚੁੱਪ ਰਹਿਣ ਵਾਲਾ ਤਾਂ ਹੈ ਹੀ ਨਹੀਂ ਗਾ। ਇਹ ਤਾਂ ਮਾੜੀ ਮਾੜੀ ਗੱਲ 'ਤੇ ਠਾ ਠਾ ਡਾਂਗਾਂ ਠੋਕਦਾ। ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਜ਼ਰੂਰ ਉਹ ਗਏ ਨੇ ਉੱਥੇ, ਬੀਬੀ ਜਗੀਰ ਕੌਰ ਨੂੰ ਬੁਲਾ ਵੀ ਲਿਆ ਅਕਾਲ ਤਖ਼ਤ ਸਾਹਿਬ ਨੇ, ਕਮਾਲ ਦੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਕਦੋਂ ਬੁਲਾਓਗੇ, ਕਦੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਂ 'ਤੇ ਸੰਮਣ ਜਾਰੀ ਹੋਣਗੇ, ਭਾਵੇਂ ਉਹ ਨਹੀਂ ਰਹੇ ਪਰ ਸੰਮਣ ਜਾਰੀ ਹੁੰਦੇ ਹੁੰਦੇ ਆ, ਜੇ ਬੰਦਾ ਚੱਲ ਜਾਵੇ, ਗਲਤੀ ਕੀਤੀ ਹੋਵੇ ਨੇ, ਉਹਨੇ ਤਾਂ ਬਜਰ ਗਲਤੀ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਨੇ। ਬੀਬੀ ਜਗੀਰ ਕੌਰ ਰੋਮਾ ਦੀ ਬੇਅਦਬੀ ਕਰਦੀ ਸੀ, ਜੇ ਕੀਤੀ ਆ ਉਹਨੇ ਬੇਅਦਬੀ, ਤਾਂ ਕਦੋਂ ਬੁਲਾਓਗੇ ਉਸ ਵਿਅਕਤੀ ਨੂੰ ਜਿਸ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇਬੰਦੀ ਹੋਈ ਤਾਂ ਇੱਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਿਕਲੀ। ਹਾਲਾਂਕਿ ਉਹ ਪੂਰੇ ਸਰਗਰਮ ਨੇ, ਵੱਖ ਵੱਖ ਥਾਵਾਂ ਦੇ ਉੱਤੇ ਮੀਟਿੰਗਾਂ ਵੀ ਕਰਦੇ ਨੇ, ਪ੍ਰੈਸ ਕਾਨਫਰੰਸ ਵੀ ਕਰਦੇ ਨੇ, ਪਰ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਕਾਫੀ ਘੱਟ ਗਈਆਂ ਨੇ। ਜਦੋਂ ਦਾ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ, ਉਦੋਂ ਤੋਂ ਉਹ ਤਾਂ ਕਿਤੇ ਨਜ਼ਰ ਹੀ ਨਹੀਂ ਆ ਰਹੇ, ਪਰ ਦੂਜੇ ਪਾਸੇ ਲੀਡਰ ਵੀ ਬਹੁਤ ਘੱਟ ਬਿਆਨ ਦੇ ਰਹੇ ਨੇ। ਹਾਲਾਂਕਿ ਇਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਹਰਸ਼ਦੀਪ ਸਿੰਘ ਕਲੇਰ, ਉਹ ਹਰ ਮੁੱਦੇ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਦਿੰਦੇ ਨੇ ਜਾਂ ਫਿਰ ਖਾਸ ਮੁੱਦਾ ਕੋਈ ਚੁੱਕ ਲੈਂਦੇ ਨੇ। ਬਿਕਰਮ ਮਜੀਠੀਆ ਬਿਕਰਮ ਮਜੀਠੀਆ ਵੀ ਕਦੇ ਕਦੇ ਬੋਲ ਪੈਂਦੇ ਆ ਅਤੇ ਹਰਸ਼ਦੀਪ ਸਿੰਘ ਕਲੇਰ ਬੋਲ ਪੈਂਦੇ ਆ, ਪਰ ਆਮ ਤੌਰ 'ਤੇ ਵੱਡੇ ਲੀਡਰ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ, ਈਵਨ ਕਿ ਬਲਵਿੰਦਰ ਸਿੰਘ ਭੁੰਦਰ ਕਾਰਜਕਾਰੀ ਪ੍ਰਧਾਨ ਹੈਗੇ, ਉਹ ਵਿੱਚ ਚੁੱਪ ਹੈਗੇ ਨੇ। ਸਰਗਰਮੀਆਂ ਨਾ ਮਾਤਰ ਨੇ, ਜਦਕਿ ਪੰਚਾਇਤੀ ਚੋਣਾਂ ਹੋ ਰਹੀਆਂ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ 'ਤੇ ਆਪਣੇ ਵਰਕਰਾਂ ਦੇ ਵਿੱਚ ਫੂਕ ਭਰਨ ਵਾਸਤੇ, ਜਾਨ ਭਰਨ ਵਾਸਤੇ ਬਾਹਰ ਆਉਣਾ ਚਾਹੀਦਾ। ਭੁੰਦੜ ਸਾਹਿਬ ਨੂੰ ਬਾਹਰ ਆਉਣਾ ਚਾਹੀਦਾ, ਪੰਚਾਇਤੀ ਚੋਣਾਂ ਹੋ ਰਹੀਆਂ ਨੇ, ਮੁੱਢਲੀ ਕੜੀ ਆ ਲੋਕਤੰਤਰ ਦੀ, ਇਹਦੇ ਵਿੱਚ ਬਾਹਰ ਆਉਣਾ ਚਾਹੀਦਾ ਉਹਨਾਂ ਨੂੰ, ਨਹੀਂ ਬਾਹਰ ਆ ਰਹੇ ਉਹ। ਸ਼ਾਂਤੀ ਹੈ ਕਿ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਮੰਨ ਲਈਏ ਆਪਾਂ, ਕੋਈ ਤੂਫਾਨ ਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਇੱਦਾਂ ਨਹੀਂ ਮੰਨ ਲਈਏ ਗੱਲ ਆਪਾਂ, ਕੀ ਕਾਰਨ ਹੈ? ਕਿਉਂ ਚੁੱਪ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ, ਕਿਉਂ ਆਪਣੀ ਚੁੱਪੀ ਦੇ ਵਿੱਚ ਸਾਰੇ ਪੰਜਾਬ ਨੂੰ ਸ਼ਾਂਤ ਕਰੀ ਬੈਠੇ ਆ ਉਹ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇਤਿਹਾਸ ਰਿਹਾ, ਇਹ ਚੁੱਪ ਰਹਿਣ ਵਾਲਾ ਤਾਂ ਹੈ ਹੀ ਨਹੀਂ ਗਾ। ਇਹ ਤਾਂ ਮਾੜੀ ਮਾੜੀ ਗੱਲ 'ਤੇ ਠਾ ਠਾ ਡਾਂਗਾਂ ਠੋਕਦਾ, ਚੁੱਪ ਹੈ। ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਜ਼ਰੂਰ ਉਹ ਗਏ ਨੇ ਉੱਥੇ, ਬੀਬੀ ਜਗੀਰ ਕੌਰ ਨੂੰ ਬੁਲਾ ਵੀ ਲਿਆ ਅਕਾਲ ਤਖ਼ਤ ਸਾਹਿਬ ਨੇ, ਕਮਾਲ ਦੀ ਗੱਲ ਹੈ। ਵੈਸੇ ਕਮਾਲ ਦੀ ਗੱਲ ਹੈ, ਬੀਬੀ ਜਗੀਰ ਕੌਰ ਨੂੰ ਬੁਲਾ ਲਿਆ, ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਕਦੋਂ ਬੁਲਾਓਗੇ,
ਕਦੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਂ 'ਤੇ ਸੰਮਣ ਜਾਰੀ ਹੋਣਗੇ? ਭਾਵੇਂ ਉਹ ਨਹੀਂ ਰਹੇ ਪਰ ਸੰਮਣ ਜਾਰੀ ਹੁੰਦੇ ਹੁੰਦੇ ਆ, ਜੇ ਬੰਦਾ ਚੱਲ ਜਾਵੇ, ਗਲਤੀ ਕੀਤੀ ਹੋਵੇ ਨੇ। ਉਹਨੇ ਤਾਂ ਬਜਰ ਗਲਤੀ ਕੀਤੀ ਆ, ਪ੍ਰਕਾਸ਼ ਸਿੰਘ ਬਾਦਲ ਨੇ। ਬੀਬੀ ਜਗੀਰ ਕੌਰ ਰੋਮਾ ਦੀ ਬੇਅਦਬੀ ਕਰਦੀ ਸੀ, ਜੇ ਕੀਤੀ ਆ ਉਹਨੇ ਬੇਅਦਬੀ, ਤਾਂ ਕਦੋਂ ਬੁਲਾਓਗੇ ਉਸ ਵਿਅਕਤੀ ਨੂੰ ਜਿਸ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਸ਼੍ਰੋਮਣੀ ਕਮੇਟੀ ਦੀ? ਕਦੋਂ ਬੁਲਾਓਗੇ? ਤੁਸੀਂ ਕਹਿੰਦੇ ਹੋ ਕਿ ਉਹਨੇ ਆਪਣੀ ਬੇਟੀ ਦਾ ਨੁਕਸਾਨ ਕੀਤਾ, ਬੇਟੀ ਨੂੰ ਮਾਰਨ ਦੀ ਗੱਲ ਕੀਤੀ, ਜਿਹਦੇ ਵਿੱਚ ਕੋਈ ਬਰੀ ਵੀ ਹੋ ਚੁੱਕੀ ਹੈ। ਕਹਿੰਦੇ ਬੇਟੀ ਨੂੰ ਮਾਰਨ ਦਾ ਦੋਸ਼ ਸੀਗਾ, ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਬਣਾਇਆ, ਉਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਇਆ। ਕਦੋਂ? ਈਵਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਿਹਾ ਬੀਬੀ ਜਗੀਰ ਕੌਰ। ਕਦੋਂ ਉਹਨਾਂ ਨੂੰ ਬੁਲਾਓਗੇ ਤੁਸੀਂ? ਉਹਦਾ ਮਹਿਲਾ ਵਿੰਗ ਦੀ ਪ੍ਰਧਾਨਤਾ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਰਹੀ ਆ। ਸੁਖਬੀਰ ਬਾਦਲ ਪ੍ਰਧਾਨ ਬਣ ਗਏ ਸੀ ਉਸ ਟਾਈਮ। ਸੁਖਬੀਰ ਬਾਦਲ ਨੂੰ ਕਦੋਂ ਇਸ ਗੱਲ ਦਾ ਪੁੱਛੋਗੇ ਕਿ ਭਾਈ ਤੁਸੀਂ ਕਿਉਂ ਨਹੀਂ ਬੀਬੀ ਜਗੀਰ ਕੌਰ ਨੂੰ ਇੱਦਾਂ ਕਹਿੰਦੇ ਨਹੀਂ ਹੁੰਦਾ? ਕਿਰਨਜੀਤ ਕੌਰ ਖਾਲਸਾ ਕਹਿੰਦੇ ਆ, ਕਿਰਨਜੀਤ ਕੌਰ ਖਾਲਸਾ ਕਹਿੰਦੇ ਆ, ਗੁਰਤੇਜ ਸਿੰਘ IAS ਕਹਿੰਦੇ ਆ, ਕਹਿੰਦੇ ਇਹ ਇੱਦਾਂ ਕਦੇ ਨਹੀਂ ਹੁੰਦਾ ਸੀਗਾ। ਹਮਲਾਵਰ ਹੁੰਦੇ ਸੀ, ਲੜਦੇ ਸੀ ਸਿੱਖ ਆਪਸ ਵਿੱਚ, ਪਰ ਸਿੱਖ ਕਦੇ ਵੀ ਆਪਣੇ ਨਿੱਜੀ ਮਾਮਲਿਆਂ ਨੂੰ ਅਕਾਲ ਤਖਤ ਸਾਹਿਬ 'ਤੇ ਲੈ ਕੇ ਨਹੀਂ ਜਾਂਦੇ ਹੁੰਦੇ ਸੀਗੇ। ਆ ਨਵਾਂ ਕਨਸੈਪਟ ਖੜ੍ਹਾ ਕਰਤਾ ਇਹਨਾਂ ਨੇ, ਅਕਾਲੀਆਂ ਨੇ ਆਪਣੇ ਨਿੱਜੀ ਮਸਲੇ ਲੈ ਕੇ ਜਾ ਰਹੇ ਨੇ ਉੱਥੇ, ਨਿੱਜੀ ਮਸਲੇ ਲੈ ਕੇ ਜਾ ਰਹੇ ਨੇ ਉੱਥੇ। ਬੜਾ ਨੁਕਸਾਨ ਹੁੰਦਾ ਹੈ ਨਿੱਜੀ ਮਸਲੇ ਜੇਕਰ ਤੁਸੀਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਲੈ ਕੇ ਜਾਂਦੇ ਹੋ, ਪੂਰੀ ਕੌਮ ਦਾ ਨੁਕਸਾਨ ਹੁੰਦਾ। ਜਿਵੇਂ ਇੱਕ ਬੰਦਾ ਕਹਿ ਰਿਹਾ ਸੀਗਾ ਮੈਨੂੰ, ਵੈਸੇ ਤਾਂ ਉਹ ਸਿੱਖ ਵਿਰੋਧੀ ਬੰਦਾ ਹੈਗਾ, ਮੈਂ ਉਹਨੂੰ ਕੋਈ ਵਧੀਆ ਗੱਲ ਨਹੀਂ ਕਰਦਾ, ਪਰ ਮੈਂ ਉਹਦੀ ਗੱਲ ਤੋਂ ਕੋਟ ਜ਼ਰੂਰ ਕਰੂੰਗਾ, ਇੱਕ ਕੋਟ ਜ਼ਰੂਰ ਕਰਨਾ ਚਾਹੁੰਦਾ ਗੱਲ ਮੈਂ ਉਹਦੀ, ਭਾਵੇਂ ਕਿ ਗੱਲ ਕੋਟ ਕਰਨ ਲੱਗਿਆਂ ਮੈਨੂੰ ਵੀ ਥੋੜ੍ਹਾ ਚੀਜ਼ ਘਾਟ ਮਹਿਸੂਸ ਹੋ ਰਹੀ ਆ, ਪਰ ਮੈਂ ਕਰੂੰਗਾ ਕਿਉਂਕਿ ਪੱਤਰਕਾਰ ਹਾਂ ਮੈਂ। ਉਹ ਬੰਦਾ ਕਹਿੰਦਾ ਹਰਬਿਲਾਸ ਬਾਸੀ ਆ ਮੇਰੇ ਖਿਆਲ 'ਚ ਬੰਦਾ ਹਰਬਿਲਾਸ, ਅਤੇ ਉਹ ਕਹਿੰਦਾ ਜੀ ਮੈਂ ਉਹਨੂੰ ਸਿੱਖ ਵਿਰੋਧੀ ਕਹਿਤੀ ਗੱਲ, ਵੀ ਇਹ ਗੱਲ ਕਹਿਣੀ ਚਾਹੀਦੀ ਸਿੱਖ ਵਿਰੋਧੀ ਕੌਣ ਆ, ਕਿਵੇਂ ਕਿਵੇਂ ਲੱਗਦਾ ਆਪਾਂ ਨੂੰ, ਮੈਨੂੰ ਕਿਤੇ ਕੌਣ ਆ ਸਿੱਖ ਵਿਰੋਧੀ, ਪਰ ਉਹਨੇ ਗੱਲ ਆਖੀ ਆਏ। ਉਹ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀਗਾ ਕਿ ਸਾਡਾ ਅੰਮ੍ਰਿਤਸਰ ਸਿਫਤੀ ਦਾ ਘਰ ਹੈਗਾ, ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਅੰਮ੍ਰਿਤਸਰ ਸਾਡੀ ਸਿੱਖਾਂ ਦੀ ਰਾਜਧਾਨੀ ਆ, ਅੰਮ੍ਰਿਤਸਰ ਸਾਡੀ ਬਹੁਤ ਵੱਡੀ ਧਰੋਹਰ ਹੈ, ਦਰਬਾਰ ਸਾਹਿਬ ਆ ਉੱਥੇ, ਪਰ ਉਸ ਨੇ ਆਪਣਾ ਰਾਜਧਾਨੀ ਅੰਮ੍ਰਿਤਸਰ ਨੂੰ ਨਹੀਂ ਬਣਾਇਆ। ਕਹਿੰਦੇ ਜੇਕਰ ਮੇਰੇ ਉੱਤੇ ਕੋਈ ਅਟੈਕ ਕਰਦਾ ਬਾਹਰਲਾ ਦੁਸ਼ਮਣ, ਤਾਂ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਨੁਕਸਾਨ ਹੋਏਗਾ, ਦਰਬਾਰ ਸਾਹਿਬ ਦਾ ਨੁਕਸਾਨ ਹੋਏਗਾ। ਅੰਮ੍ਰਿਤਸਰ ਮੈਂ ਰਾਜਧਾਨੀ ਨਹੀਂ ਬਣਾਉਂਦਾ, ਉਹਨੇ ਰਾਜਧਾਨੀ ਲਾਹੌਰ ਬਣਾਇਆ ਆਪਣੇ ਨੂੰ। ਜੇ ਮੇਰੇ 'ਤੇ ਕੋਈ ਅਟੈਕ ਕਰਦਾ ਤਾਂ ਦਰਬਾਰ ਸਾਹਿਬ 'ਤੇ ਅਟੈਕ ਕਰੇਗਾ ਬੰਦਾ, ਮੇਰੇ ਦਰਬਾਰ ਸਾਹਿਬ ਨੂੰ ਨੁਕਸਾਨ ਹੋਏਗਾ, ਮੈਂ ਉਹਨੂੰ ਰਾਜਧਾਨੀ ਨਹੀਂ ਬਣਾਵਾਂਗਾ। ਗੱਲਾਂ ਤਾਂ ਬਹੁਤ ਗੁਰੂਆਂ ਦੀਆਂ ਆ ਗਈਆਂ, ਹੋਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰ ਲਓ ਆਪਾਂ, ਉਹਨਾਂ ਨੇ ਆਪਣਾ ਖਾਲਸਾ ਪੰਥ ਸਾਜਿਆ, ਉਹਨਾਂ ਨੇ ਆਪਣੇ ਖਾਲਸਾ ਪੰਥ ਦੀ ਰਾਜਧਾਨੀ ਅੰਮ੍ਰਿਤਸਰ ਨਹੀਂ ਬਣਾਇਆ, ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਬਣਾਇਆ। ਅਨੰਦਪੁਰ ਸਾਹਿਬ ਉਹਨਾਂ ਨੇ ਸਿੱਖ ਪੰਥ ਦਾ ਆਪਣਾ ਘਰ ਕਿਹਾ, ਅੰਮ੍ਰਿਤਸਰ ਨੂੰ ਅਨੰਦਪੁਰ ਸਾਹਿਬ ਨੂੰ ਕਿਹਾ, ਅੰਮ੍ਰਿਤਸਰ ਨੂੰ ਹੀ ਕਿਹਾ ਉਹਨਾਂ ਨੇ, ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਹੈਗਾ, ਬਹੁਤ ਵੱਡਾ ਸਾਡਾ ਸਥਾਨ ਆ, ਸ੍ਰੀ ਅਕਾਲ ਤਖਤ ਸਾਹਿਬ ਆ, ਦੁਸ਼ਮਣ ਨੇ ਅੰਮ੍ਰਿਤਸਰ 'ਤੇ ਅਟੈਕ ਕਰਨਾ, ਦਰਬਾਰ ਸਾਹਿਬ 'ਤੇ ਅਟੈਕ ਕਰਨਾ। ਪਰ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਦਰਬਾਰ ਸਾਹਿਬ ਨੂੰ ਆਪਣੇ ਟਿਕਾਣਾ ਬਣਾਇਆ, ਸ਼ਾਇਦ ਉਹਨੂੰ ਪਤਾ ਨਹੀਂ ਸੀਗਾ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰੇਗੀ ਫੌਜ, ਉਹਨੂੰ ਪਤਾ ਵੀ ਸੀ ਗੱਲ ਦਾ ਵੀ ਮੇਰੇ 'ਤੇ ਅਟੈਕ, ਮੇਰੀ ਫੌਜ 'ਤੇ ਅਟੈਕ ਹੋ ਸਕਦਾ। ਉਹ ਕਹਿੰਦਾ ਵੀ ਇਹ ਗਲਤ ਕੀਤਾ ਉਹਨਾਂ ਨੇ, ਜੇ ਨਿੱਜੀ ਗੱਲਾਂ ਤੁਸੀਂ ਦਰਬਾਰ ਸਾਹਿਬ 'ਚ ਲੈ ਕੇ ਆਓਗੇ, ਸ੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਆਓਗੇ, ਤਾਂ ਨੁਕਸਾਨ ਦਰਬਾਰ ਸਾਹਿਬ ਨੂੰ ਵੀ ਹੁੰਦਾ, ਸਾਡੇ ਸਿਧਾਂਤਾਂ ਨੂੰ ਵੀ ਹੁੰਦਾ, ਸਾਡੇ ਬਹੁਤ
ਮਰ ਕੇ ਸਦੀਆਂ ਤੱਕ ਅਸੀਂ ਸਜ਼ਾ ਭੁਗਤਦੇ ਹਾਂ, ਸਦੀਆਂ ਤੱਕ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ, ਸਦੀਆਂ ਤੱਕ ਲੋਕ ਸਾਨੂੰ ਗੱਲਾਂ ਕਰਦੇ ਆ, ਸਦੀਆਂ ਤੱਕ ਜੇ ਦਰਬਾਰ ਸਾਹਿਬ ਨੂੰ ਆਪਾਂ ਉਹ ਕੇਂਦਰ ਬਿੰਦੂ ਬਣਾਉਂਦੇ ਹਾਂ, ਇਹ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੇਂਦਰ ਬਿੰਦੂ ਬਣਾ ਰੱਖਿਆ ਅਕਾਲੀਆਂ ਨੇ, ਅਕਾਲ ਤਖਤ ਸਾਹਿਬ ਨੂੰ ਕੇਂਦਰ ਬਿੰਦੂ ਬਣਾ ਰੱਖਿਆ ਅਕਾਲੀਆਂ ਨੇ ਆਪਣੀਆਂ ਨਿੱਜੀ ਦੁਸ਼ਮਣਾਂ ਕੱਢਣ ਵਾਸਤੇ। ਗਲਤੀ ਕੀਤੀ ਆ, ਨਿੱਜੀ ਦੁਸ਼ਮਣਾਂ ਕੱਢਣ ਵਾਸਤੇ ਗਲਤੀਆਂ ਕੀਤੀਆਂ ਨੇ, ਸੁਖਬੀਰ ਨੇ ਕੀਤੀਆਂ ਗਲਤੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਗਲਤੀਆਂ ਕੀਤੀਆਂ, ਬੀਬੀ ਜਗੀਰ ਕੌਰ ਪਹਿਲਾਂ ਨਜ਼ਰੀਆਂ ਆਉਂਦੀ, ਅੱਜ ਬੀਬੀ ਹਰਸਿਮਰਤ ਕੌਰ ਨਜ਼ਰੀਆਂ ਆਉਂਦੀ ਉਹਨਾਂ ਨੂੰ, ਬੀਬੀ ਹਰਸਿਮਰਤ ਕੌਰ ਵੀ ਉਹ ਗਲਤੀ ਕਰ ਰਹੇ ਜੋ ਬੀਬੀ ਜਗੀਰ ਕੌਰ ਦੇ ਬਲੋਚ ਲੱਗੇ ਨੇ, ਹੋਰ ਬਹੁਤ ਸਾਰੀਆਂ ਬੀਬੀਆਂ ਗਲਤੀਆਂ ਉਹੀ ਕਰਦੀਆਂ ਨੇ ਜੋ ਬੀਬੀ ਜਗੀਰ ਕੌਰ ਦੇ ਇਲਜ਼ਾਮ ਲੱਗੇ ਨੇ। ਸੋ ਇਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਾਂ ਨਿੱਜੀ ਦੁਸ਼ਮਣਾਂ ਦਾ ਕੇਂਦਰ ਨਾ ਬਣਾਈਏ ਆਪਾਂ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।